ਲਾ ਜੱਟਾਂ ਨੂੰ ਫੋਨ ਕਿਸਾਬ ਕਿਤਾਬ ਕਰ ਜੋ ਭਾਈ ਮੇਰਾ ਫੋਨ ਪਤਾ ਨਹੀਂ ਕਿੱਥੇ ਆ ਜੇਬ ਚ ਦੇਖ ਲੈ ਜੇਬ ਚ ਹੂ ਹੈਲੋ ਸਤਿ ਸ੍ਰੀ ਅਕਾਲ ਜੀ ਆ ਵੱਡੇ ਸੇਠ ਨਾਲ ਗੱਲ ਕਰ ਲਓ ਹਾਂ ਭਾਈ ਰਾਮ 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 ਆ ਆਪਣੇ ਪੈਸੇ ਜੇ ਰਹਿੰਦੇ ਨੇ ਪਿਛਲੇ ਵੀ ਉਦੋਂ ਪਿਛਲੇ ਵੀ ਪੈਸੇ ਰਹਿੰਦੇ ਨੇ ਦੇ ਜਾਓ ਭਾਈ ਨਾਲੇ ਆਪਣਾ ਹਿਸਾਬ ਕਿਤਾਬ ਸਾਰਾ ਨਿੱਲ ਕਰ ਦਿਓ ਫਿਰ ਬਾਅਦ 'ਚ ਤੁਸੀਂ ਕਹਿ ਦਿੰਦੇ ਬਾਣੀਆਂ ਹਿਸਾਬ ਗਲਤ ਕਰਦਾ ਫਿਰ ਪਿੰਡਾਂ 'ਚੋਂ ਕੱਢਣ ਲੱਗ ਜਾਂਦੇ ਬਾਣੀਆਂ ਨੂੰ ਇਹ ਭਾਈ ਕੋਈ ਗੱਲ ਨਹੀਂ ਹੁੰਦੀ ਜੱਟਾਂ ਜੱਟਾਂ ਦੀ ਗੱਲ ਕਰਿਆ ਕਰੋ ਫਿਰ ਤੁਸੀਂ ਕਹਿੰਦੇ ਬਾਣੀਆਂ ਮਾੜਾ ਆ ਚਲੋ ਆ ਜਾਓ ਘੰਟੇ ਕੁ ਤੱਕ ਫਿਰ ਹਿਸਾਬ ਕਿਤਾਬ ਕਰ ਦਿਓ ਫਿਰ ਮੈਂ ਉਦੋਂ ਬਾਅਦ ਸੈਲਰ ਜਾਣਾ ਹੈ ਠੀਕ ਆ ਭਾਈ ਠੀਕ ਠੀਕ ਆ ਆ ਜੀ ਮਾੜਾ ਜਿਹਾ ਟਾਈਮ ਨਾਲ ਆ ਜੀ ਠੀਕ ਭਾਈ ਕਹਿੰਦਾ ਹੋਣਾ ਬਸ 15 ਮਿੰਟਾਂ ਤੱਕ ਰਾਮ ਰਾਮ ਸੇਠ ਜੀ ਰਾਮ ਰਾਮ ਭਾਈ ਦੱਸੋ ਜੀ ਆਪਣਾ ਹਿਸਾਬ ਕਿਤਾਬ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਦੋ ਤਾਂ ਪਾ ਕੇ ਤੁਹਾਡੇ ਤੇਲ ਦੇ ਢੋਲ ਸੁਣਦਾ ਜੱਟਾ ਦੋ ਤੁਹਾਡੇ ਤੇਲ ਦੇ ਢੋਲ ਬਾਕੀ ਤੁਹਾਡਾ ਰਾਸ਼ਨ ਪਾਣੀ ਤੁਹਾਡਾ ਹੋ ਗਿਆ 3,70,000 ਰੁਪਇਆ ਇੰਨੇ ਤਾਂ ਨਹੀਂ ਅਗਲੇ ਸਾਲ ਲੈ ਲਓ ਜੀ ਅੱਧੇ ਹੁਣ ਲੈ ਲਓ ਜੀ ਕਿੰਨੇ ਨੇ ਹੁਣ ਭਾਈ ਤੇਰੇ ਕੋਲੇ 2,30,000 ਰੁਪਇਆ ਜੀ ਚਲ ਭਾਈ ਜਿੰਨੇ ਕਹੇ ਗਏ ਨੇ ਦੇ ਦੇ ਮੈਂ ਤਾਂ ਆਪਦੇ ਮੁੰਡੇ ਨੂੰ ਫੋਨ ਦਿਵਾਉਣ ਆਏ ਸੀ ਤੁਸੀਂ ਕਹਿੰਦੇ ਕਿਹੜਾ ਫੋਨ ਲੈਣਾ ਨੇ ਛੋਟੀ ਲੈਣਾ ਜੀ ਆਪਣੇ ਆਪਣੀ ਦੁਕਾਨ ਆ ਹੁਣ ਆਪਣੇ ਇੱਕ ਫੋਨਾਂ ਦੀ ਦੁਕਾਨ ਕਰ ਲਈ ਦੇਖ ਲੈ ਜਿਹੜੇ ਜੇ ਪਸੰਦ ਆਉਗਾ ਦਿਖਾ ਦੋ ਜੀ ਕਾਕਾ ਆਪਣੇ ਪੈਸੇ ਫੜ ਪਹਿਲਾਂ ਜਿਹੜਾ ਮੁੰਡੇ ਨੂੰ ਫੋਨ ਦਿਖਾ ਦੇ ਜਿਹੜਾ ਪਸੰਦ ਆਉਂਦਾ ਦੇਖ ਲੈ ਕੋਈ ਨਾ ਫੋਨ ਪਾ ਦਿਖਾ ਕਿਹੜਾ ਲੈਣਾ ਛੋਟੀ ਦੇ ਦੇ ਇਹਨੂੰ ਤਾਂ J2 ਕਿਹੜਾ J1 J2 ਦੇ ਦੇ ਟਿਕਾ ਜੀ ਆ ਦੇਖੋ ਗੇਮਾਂ ਨੇ ਪੱਟ ਤੇ ਜਵਾਕ ਪਬਜੀ ਫ੍ਰੀ ਫਾਇਰ ਪਤਾ ਨਹੀਂ ਕਿਹੜੀਆਂ ਕਿਹੜੀਆਂ ਗੇਮਾਂ ਖੇਡਦੇ ਨੇ ਜਵਾਕ ਠੀਕ ਹੈ ਕਿੰਨੇ ਕਦਾ ਇਹ ਹਿਸਾਬ ਕਿਤਾਬ ਇਹਦਾ ਦੱਸੋ ਇਹ ਹੈਗਾ ਭਾਈ 10,500 ਦਾ ਇਹਦੇ ਪੈਸੇ ਹੁੰਦੇ ਕੀ ਜਾਈਏ ਕਿ ਬਾਅਦ ਚੋਂ ਤੁਹਾਡੀ ਮਰਜ਼ੀ ਆ ਭਾਈ ਜਿਵੇਂ ਮਰਜ਼ੀ ਕਰ ਲੈ ਇਹਦਾ ਸਾਫ ਫੋਨ ਦਾ ਸਾਫ ਕਿਤਾਬ ਤਾਂ ਉਰੀ ਜਾਂਦੇ ਕਟਾਓ ਜੀ ਕਿੰਨੇ ਮੇਰੇ ਕੋਲ ਤਾਂ ਥੋੜੀ ਨਹੀਂ ਅੱਧੇ ਹੀ ਉੱਚ ਕਰ ਲਿਓ ਜੀ 7,000 ਰੁਪਇਆ ਦੇ ਜਾ ਭਾਈ 7,000 7.5 ਦੇ ਜਾ ਭਾਈ ਯਾਰ ਬਿਲਡ ਆਪਾਂ ਕੱਲ ਨੂੰ ਲੈ ਜੀ ਪੁੱਤ ਫੜ ਕੇ ਘਰੋਂ